ਆਜ਼ਾਦੀ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਕਿ ਪੰਜਾਬ ਭਰ ਅੰਦਰ ਕਿਸਾਨੀ ਬਿਨਾਂ ਕਿਸੇ ਕਸੂਰ ਦੇ ਹੀ ਦਹਿਸ਼ਤ ਦੇ ਆਲਮ ਹੇਠ ਜੀਵਨ ਬਸਰ ਕਰ ਰਹੀ ਹੈ। ਇਸ ਦਾ ਕਾਰਨ ਮੁੱਖ ਤੌਰ ਤੇ ਸਹਿਕਾਰੀ ਬੈਂਕਾਂ ਦੇ ਅਧਿਕਾਰੀ ਨੇ। ਇਹ ਪ੍ਰਗਟਾਵਾ ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕੀਤਾ। ਚੰਦੂਮਾਜਰਾ ਨੇ ਕਿਹਾ ਕਿ ਅੱਜ ਸਹਿਕਾਰੀ ਬੈਂਕਾਂ ਦੇ ਅਧਿਕਾਰੀਆਂ ਵੱਲੋਂ ਜਿਸ ਤਰ੍ਹਾਂ ਦੇ ਨਾਲ ਕਿਸਾਨਾਂ ਦੀ ਫੜੋ ਫੜੀ ਕੀਤੀ ਜਾ ਰਹੀ ਹੈ, ਕਿਸਾਨਾਂ ਦੇ ਘਰਾਂ ਦੇ ਬਾਹਰ ਕਰਮਚਾਰੀਆਂ ਤੋਂ ਧਰਨੇ ਲਗਵਾਏ ਜਾ ਰਹੇ ਨੇ, ਉਸ ਤੋਂ ਇੰਝ ਪ੍ਰਤੀਤ ਹੋ ਰਿਹਾ ਕਿ ਸਾਡਾ ਖੁਸ਼ਹਾਲ ਸੂਬਾ ਇੱਕ ਖਾਨਾ ਜੰਗੀ ਦੇ ਵਾਤਾਵਰਨ ਵੱਲ ਵੱਧ ਰਿਹਾ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਪੰਜਾਬ ਦੇ ਅੰਦਰ ਇੱਕ ਟੈਰਰ ਪੈਦਾ ਕਰਤਾ, ਇੱਕ ਦਹਿਸ਼ਤ ਦਾ ਮਾਹੌਲ ਕਿਸਾਨਾਂ ਦੇ ਵਿੱਚ ਪੈਦਾ ਕਰਤਾ। ਕੈਪਟਨ ਅਮਰਿੰਦਰ ਸਰਕਾਰ ਦੀ ਜਿਹੜੀ ਅਫਸਰਸ਼ਾਹੀ ਆ, ਖਾਸ ਤੌਰ 'ਤੇ ਸਹਿਕਾਰੀ ਮਹਿਕਮਾ ਬੈਂਕ ਕਰਮਚਾਰੀ ਅਧਿਕਾਰੀ ਇੰਨੇ ਜ਼ੋਰ ਨਾਲ ਕਿਸਾਨਾਂ ਦੀ ਫੜੋਫੜੀ ਕਰ ਰਹੇ ਨੇ, ਕਿਸਾਨਾਂ ਨੂੰ ਜਲੀਲ ਕਰ ਰਹੇ ਨੇ ਔਰ ਕਿਸਾਨਾਂ ਦੇ ਘਰਾਂ ਅੱਗੇ ਕਰਮਚਾਰੀਆਂ ਦੇ ਧਰਨੇ ਲਵਾਏ ਜਾ ਰਹੇ ਨੇ। ਇਹ ਇੱਕ ਖਾਨਾ ਜੰਗੀ ਦਾ ਮਾਹੌਲ ਵੀ ਕੈਪਟਨ ਸਾਹਿਬ ਖੜ੍ਹਾ ਕਰ ਰਹੇ ਨੇ ਸੂਬੇ ਦੇ ਅੰਦਰ, ਔਰ ਕਿਸਾਨਾਂ ਨੂੰ ਜਿਸ ਤਰ੍ਹਾਂ ਜਲੀਲ ਕੀਤਾ ਜਾ ਰਿਹਾ ਔਰ ਤੰਗ ਪਰੇਸ਼ਾਨ ਕਰਕੇ ਉਹਨਾਂ ਨੂੰ ਬੇਇੱਜ਼ਤ ਕੀਤਾ ਜਾ ਰਿਹਾ, ਇਹਦੇ ਨਾਲ ਇੱਕ ਦਹਿਸ਼ਤ ਦਾ ਮਾਹੌਲ ਸੂਬੇ ਦੇ ਅੰਦਰ ਬਣ ਗਿਆ। ਸ਼੍ਰੋਮਣੀ ਅਕਾਲੀ ਦਲ ਇਹਦਾ ਡਟ ਕੇ ਵਿਰੋਧ ਕਰੇਗਾ ਔਰ ਪੰਜਾਬ ਦੇ ਹਾਲਾਤ ਹੋਰ ਖਰਾਬ ਨਾ ਹੋਣ ਕੈਪਟਨ ਸਾਹਿਬ ਨੂੰ ਆਪਣੇ ਅਧਿਕਾਰੀਆਂ ਨੂੰ ਹਦਾਇਤਾਂ ਕਰਨੀਆਂ ਚਾਹੀਦੀਆਂ ਨੇ, ਕਿਉਂਕਿ ਇਹ ਗੱਲ ਸਮਝ ਆਉਣੀ ਚਾਹੀਦੀ ਆ ਕਿ ਅੱਜ ਜੇ ਰਿਕਵਰੀ ਨਹੀਂ ਹੋਈ, ਕਿਸਾਨ ਕਰਜ਼ੇ ਦੀਆਂ ਕਿਸ਼ਤਾਂ ਵਾਪਸ ਨਹੀਂ ਕਰ ਸਕੇ, ਇਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਵਾਅਦੇ, ਕੈਪਟਨ ਅਮਰਿੰਦਰ ਸਰਕਾਰ ਵੱਲੋਂ ਲਏ ਫੈਸਲੇ ਔਰ ਉਹਨਾਂ ਵੱਲੋਂ ਦਿੱਤਾ ਭਰੋਸਾ ਜਿਹੜਾ ਹੈ ਉਹਨੇ ਪੌੜਾ ਪਾਇਆ ਸਾਰੀ ਗੱਲ ਦੇ ਵਿੱਚ।